ਸਤਿਕਾਰ ਦੋਸਤੋ ਮੈਂ ਤੁਹਾਡਾ ਆਪਣਾ ਬਿੱਟੂ ਚੱਕ ਵਾਲਾ ਨਿਊਜ਼ ਨੰਬਰ ਚੈਨਲ ਦੇ ਰਾਹੀਂ ਦੋਸਤੋ ਅੱਜ ਅਸੀਂ ਜਿਸ ਸਤਿਕਾਰਯੋਗ ਸ਼ਖਸੀਅਤ ਨੂੰ ਤੁਹਾਨੂੰ ਬੁਲਾਉਣ ਜਾ ਰਹੇ ਹਾਂ ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਸਰਦਾਰ ਕੁਲਵੰਤ ਸਿੰਘ ਪੰਡੋਰੀ ਕੁਲਵੰਤ ਸਿੰਘ ਪੰਡੋਰੀ ਪੰਜਾਬ ਦੀ ਇੱਕ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਹੁੰਦਿਆਂ ਹੋਇਆਂ ਸਿਆਸਤ ਦੇ ਪੈਰ ਵਿੱਚ ਪੈਰ ਰੱਖਿਆ ਅੱਜ ਅਸੀਂ ਕੁਲਵੰਤ ਸਿੰਘ ਪੰਡੋਰੀ ਦੇ ਨਾਲ ਕਰਾਂਗੇ ਉਹਨਾਂ ਦੇ ਜੀਵਨ ਬਾਰੇ ਗੱਲਾਂ ਅਤੇ ਜਾਣਾਂਗੇ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਸਿਆਸੀ ਭਵਿੱਖ ਬਾਰੇ ਉਹਨਾਂ ਦੀ ਕੀ ਰਹਿ ਹੈ ਕੁਲਵੰਤ ਸਿੰਘ ਜੀ ਤੁਸੀਂ ਆਪਣੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਚੁਣੇ ਗਏ ਆਮ ਆਦਮੀ ਪਾਰਟੀ ਦੇ ਲੋਕਾਂ ਦੀਆਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਭਾਵੇਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਪਣੀ ਸਰਕਾਰ ਨਹੀਂ ਬਣਾ ਸਕਦੀ ਤਾਂ ਲੋਕ ਤੁਹਾਡੇ ਕੋਲ ਤੁਹਾਡੇ ਹਲਕੇ ਦੇ ਤੁਹਾਡੇ ਪਿੰਡਾਂ ਦੇ ਕਿਹੋ ਜਿਹੀਆਂ ਸਮੱਸਿਆਵਾਂ ਲੈ ਕੇ ਆਉਂਦੇ ਨੇ ਦੇਖੋ ਜੀ ਅੱਜ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਫਤਵਾ ਮਿਲਿਆ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਣ ਚੁੱਕੀ ਹੈ ਅਸੀਂ ਪਹਿਲੇ ਦਿਨ ਹੀ ਆਖਿਆ ਸੀਗਾ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਅਸੀਂ ਵੈਲਕਮ ਕਰਦੇ ਹਾਂ ਵੀ ਜੇ ਕਾਂਗਰਸ ਸਰਕਾਰ ਚੰਗੇ ਕੰਮ ਕਰਦੀ ਹੈ ਤਾਂ ਅਸੀਂ ਉਹਨਾਂ ਦਾ ਸਹਿਯੋਗ ਕਰਾਂਗੇ ਵੀ ਬੇਵਜ੍ਹਾ ਅਸੀਂ ਕੋਈ ਰੌਲਾ ਰੱਪਾ ਨਹੀਂ ਕਰਦੇ ਹੈਗੇ ਪਰ ਅੱਜ ਤਕਰੀਬਨ 40 ਦਿਨ ਤੋਂ ਵੀ ਵੱਧ ਸਰਕਾਰ 2 ਮਹੀਨੇ ਦੇ ਤਕਰੀਬਨ ਹੋ ਚੁੱਕੇ ਨੇਗੇ ਵੀ ਜਿਹੜੇ ਸਰਕਾਰ ਨੇ ਲੋਕਾਂ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡੇ ਦੀ ਧਰਤੀ 'ਤੇ ਵੱਡੀ ਕਾਨਫਰੰਸ ਕਰਕੇ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਆਖਿਆ ਸੀਗਾ ਵੀ ਮੈਂ ਜਿਹੜਾ ਨਸ਼ਾ ਰੂਪੀ ਦੈਂਤ ਜਿਹੜਾ ਪੰਜਾਬ ਨੂੰ ਚਿੰਬੜਿਆ ਹੋਇਆ ਵੀ ਉਹਨੂੰ ਮੈਂ ਖਤਮ ਕਰ ਦੂੰਗਾ ਵੀ ਇਹੋ ਜਿਹਾ ਕਾਨੂੰਨ ਲੈ ਕੇ ਆਊਂਗਾ ਜਾਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਬੇਅਦਬੀਆਂ ਲੰਮੇ ਸਮੇਂ ਤੋਂ ਨਿਰੰਤਰ ਵੀ ਅੱਜ ਵੀ ਉਹ ਚੱਲ ਰਹੀਆਂ ਨੇ ਹੋ ਰਹੀਆਂ ਨੇ ਜੇ ਇਹੋ ਜਿਹਾ ਕਾਨੂੰਨ ਲੈ ਕੇ ਆਊਂ ਮੁੜ ਕੇ ਕੋਈ ਸੋਚ ਵੀ ਨਹੀਂ ਸਕਦਾ ਵੀ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦੂੰਗਾ ਇਹ ਮੇਨ ਜਿਹੜੀਆਂ ਗੱਲਾਂ ਆਖੀਆਂ ਸੀਗੀਆਂ ਉਹਨਾਂ ਨੇ ਉਹ ਇੱਕ ਵੀ ਗੱਲ 'ਤੇ ਕੋਈ ਖਰੇ ਨਹੀਂ ਉਤਰੇ ਹੈਗੇ ਉਹਨਾਂ ਨੇ ਬਜ਼ੁਰਗਾਂ ਨੂੰ 2500 ਰੁਪਏ ਪੈਨਸ਼ਨ ਦੇਣ ਦੀ ਗੱਲ ਕੀਤੀ ਸੀਗੀ ਪਰ ਬੀਬੀ ਜਿਹੜੀ ਰਜੀਆ ਸੁਲਤਾਨਾ ਜਿਹੜੀ ਇਸ ਮਿਨਿਸਟਰ ਨੇਗੇ ਪੈਨਸ਼ਨ ਨਿਵਾਰਨ ਕਮੇਟੀ ਦੇ ਅਤੇ ਉਹਨਾਂ ਦਾ ਜਿਹੜਾ ਆਇਆ ਬਿਆਨ ਉਹ ਕਹਿੰਦੇ ਜੀ 500 ਰੁਪਏ ਤੋਂ ਵੱਧ 6 ਮਹੀਨੇ ਤੱਕ ਤਾਂ ਪੈਨਸ਼ਨ ਨਹੀਂ ਦੇ ਸਕਦੇ 500 ਰੁਪਏ ਪੈਨਸ਼ਨ ਦੇ ਸਕਦੇ ਹਾਂ 2500 ਵਾਲੀਆਂ ਜਿਹੜੀਆਂ ਗੱਲਾਂ ਸੀ ਉਹ ਵੀ ਬੰਦ ਹੋ ਕੇ ਰਹਿ ਗਈ ਅੱਜ ਤੱਕ ਕਿਸੇ ਨੂੰ ਪੈਨਸ਼ਨ ਨਹੀਂ ਆਈ ਮੈਨੂੰ ਕਾਫੀ ਪਿੰਡਾਂ ਦੇ ਵਿੱਚ ਫੋਨ ਆ ਰਹੇ ਨੇ 8 ਮਹੀਨਿਆਂ ਤੋਂ ਕਿਸੇ ਵੀ ਸਾਡੀ ਪੈਨਸ਼ਨ ਨਹੀਂ ਮਿਲੀ ਹੈਗੀ ਅਤੇ ਇਹ ਜਾਣੀ ਕਿ ਇਹ ਵਾਅਦੇ ਜਾਣੀ ਕਿ ਫਿਰ ਲੋਕਾਂ ਨੂੰ ਐਂ ਲੱਗਦਾ ਜਿਵੇਂ ਇਹ ਇੱਕ ਵਾਰੀ ਜਿਹੜੇ ਲੋਕ ਦੁਬਾਰੇ ਪੰਜਾਬ ਦੇ ਠੱਗੇ ਗਏ ਹੁੰਦੇ ਨੇ ਕੁਲਵੰਤ ਸਿੰਘ ਜੀ ਕਾਂਗਰਸ ਸਰਕਾਰ ਨੇ ਕੈਪਟਨ ਸਰਕਾਰ ਨੇ ਇੱਕ ਹੋਰ ਵੱਡਾ ਦਾਅਵਾ ਪੰਜਾਬ ਦੇ ਵਿੱਚ ਕੀਤਾ ਨਸ਼ਾ ਮੁਕਤ ਪੰਜਾਬ ਦਾ ਇਹ ਦਾਅਵੇ ਨੂੰ ਤੁਸੀਂ ਕਿੱਥੋਂ ਤੱਕ ਕਾਮਯਾਬ ਹੋਇਆ ਮੰਨਦੇ ਹੋ ਮੈਂ ਜਿਵੇਂ ਪਹਿਲਾਂ ਕਿਹਾ ਜੀ ਇਹਨਾਂ ਨੇ ਜੀ ਬਿਲਕੁਲ ਆਖਿਆ ਸੀ ਵੀ ਇਸ ਵੀ ਉੱਥੇ ਹੁਣ ਤਾਂ ਇਹਨਾਂ ਨੇ ਕੀ ਕੀਤਾ ਜੀ ਪੰਜਾਬ ਦੇ ਵਿੱਚ ਪੰਜਾਬ ਜਿਹੜੀ ਪੁਲਿਸ ਆ ਉਹ ਪਹਿਲਾਂ ਦੀ ਤਰ੍ਹਾਂ ਇੱਕ ਸਾਲ ਬਾਅਦ ਮੈਂ ਵੀ ਪੱਤਰਕਾਰੀ ਤੌਰ 'ਤੇ ਕਾਫੀ ਟਾਈਮ ਤੋਂ ਵਿਚਰਦਾ ਆਉਣਾ ਅਤੇ ਇੱਕ ਆਉਂਦੇ ਆਉਂਦੇ ਆ ਵੀ ਹੁਣ SHO ਜਾਂ ਇਹਨਾਂ ਦੇ ਜਿਹੜੇ ਸਰਕਾਰ ਦੇ ਨੁਮਾਇੰਦੇ ਨੇਗੇ ਡਿਪਟੀ ਇਹ ਸਾਰੇ ਪਿੰਡਾਂ ਦੇ ਵਿੱਚ ਆਉਣਗੇ ਇਹ ਕਿੱਥੇ ਪੰਚਾਇਤਾਂ ਨਾਲ ਮੀਟਿੰਗਾਂ ਕਰ ਜਾਣਗੇ ਇਹ ਖਾਨਾ ਪੂਰਤੀ ਹੈ ਜੀ ਇੱਕ ਗੋਂਗਲਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ ਕੋਈ ਨਸ਼ਾ ਬੰਦ ਨਹੀਂ ਹੋਇਆ ਇੱਕ ਆਮ ਗਰੀਬ ਲੋਕਾਂ ਨੂੰ ਜਿਹੜੇ ਕੋਈ ਮਾੜਾ ਮੋਟਾ ਆਪਦਾ ਚਮਚਾ ਖਾਂਦੇ ਸੀ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਅਤੇ ਉਹਨਾਂ ਨੂੰ ਫੜ ਕੇ ਉਹਨਾਂ 'ਤੇ ਪਰਚੇ ਦਰਜ ਕੀਤੇ ਜਾ ਰਹੇ ਨੇ ਜਿਹੜੇ ਵੱਡੇ ਲੋਕ ਨੇ ਕਿ ਜਿਹੜਾ ਵੱਡੇ ਸਮਗਲਿੰਗ ਕਰਦੇ ਰਹੇ ਨੇ ਇਹਨਾਂ ਦੀ ਆਉਂਦੀ ਹੈ ਚਿੱਟਾ ਜਿਹਨਾਂ ਨੇ ਲਿਆਂਦਾ ਉਹਨਾਂ ਨੂੰ ਇਹ ਫੜਨ ਨੂੰ ਤਿਆਰ ਨਹੀਂ ਕਿਉਂਕਿ ਉਹ ਬੰਦੇ ਇਹਨਾਂ ਨਾਲ ਰਿਲੇਟਿਵ ਨੇ ਇਹ ਜਾਣਦੇ ਨੇ ਸਾਰੇ ਪੁਲਿਸ ਵੀ ਉਹਨਾਂ ਨੂੰ ਸਾਰੀ ਜਾਣਦੀ ਆ ਰਾਜਨੀਤਿਕ ਲੋਕ ਵੀ ਜਾਣਦੇ ਨੇ ਕਿਉਂਕਿ ਇਹਨਾਂ ਦੇ ਬੰਦੇ ਨੇ ਉਹ ਉੱਥੇ ਇਹਨਾਂ ਨੂੰ ਹੱਥ ਨਹੀਂ ਪਾਉਣਾ ਚਾਹੁੰਦੇ ਪਰ ਉਹੀ ਮੈਂ ਦੱਸ ਕੇ ਹਟਾਂ ਵੀ ਪੰਜਾਬ ਦੇ ਵਿੱਚ ਹਾਲਾਤ ਅੱਜ ਸਾਡੇ ਹਲਕੇ ਦੇ ਵਿੱਚ ਉਹੋ ਜਿਹੇ ਬਣੇ ਹੋਏ ਨੇ ਅੱਜ ਲੋਕਾਂ ਨੂੰ ਇਹ ਸੀ ਸਾਡੇ ਜ਼ਿਆਦਾਤਰ ਲੋਕਾਂ ਦੇ ਇੱਥੇ ਕੈਂਸਰ ਫੈਲ ਰਿਹਾ ਕਾਲੀ ਪੀਲੀ ਦੀ ਬਿਮਾਰੀ ਫੈਲ ਰਹੀ ਹੈ ਇੱਥੇ ਦੋ ਲਾ ਲਓ ਵੀ ਕਲਾਲਾ ਸਾਈਡ ਆ ਕਾਫੀ ਸਾਡੇ ਪਿੰਡਾਂ ਦੇ ਵਿੱਚ ਲਾ ਲਓ 5 ਘਰ ਛੱਡ ਕੇ ਕਾਲਾ ਪੀਲੀਆ ਹੋਇਆ ਪਿਆ ਕੈਂਸਰ ਦੀਆਂ 2 ਟ੍ਰੇਨਾਂ ਸਾਡੇ ਮਾਲਵੇ ਦੇ ਵਿੱਚੋਂ ਬਠਿੰਡੇ ਦੇ ਵਿੱਚੋਂ 2 ਟ੍ਰੇਨਾਂ ਹਰ ਰੋਜ਼ ਕੈਂਸਰ ਦੀਆਂ ਭਰ ਕੇ ਜਾਂਦੀਆਂ ਨੇ ਮੁੰਡੇ ਬਾਹਰਲੇ ਦੇਸ਼ਾਂ ਨੂੰ ਜਹਾਜ਼ ਭਰੇ ਜਾਂਦੇ ਨੇ ਸਾਨੂੰ ਕੈਪਟਨ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਇਹਨਾਂ ਨੂੰ ਰੋਕਣ ਦੀ ਬਜਾਏ ਅਤੇ ਉਹਨਾਂ ਨੂੰ ਰੋਕ ਲਓ ਅਤੇ ਉਹ ਤਾਂ ਰੋਕਣ ਦੀ ਗੱਲ ਦੂਰ ਦੀ ਰਹੀ ਇਹ ਤਾਂ ਲਾ ਲਓ ਵੀ ਪ੍ਰਾਈਵੇਟ ਸਕੂਲਾਂ ਦਾ ਪੱਧਰ ਜਿਹੜਾ ਪੜ੍ਹਾਈ ਦਾ ਇੰਨਾ ਡਿੱਗ ਪਿਆ ਅਤੇ ਆਹ ਲੋਕਲ ਪਿੰਡ ਦੇ ਵਿੱਚੋਂ ਮੈਨੂੰ ਫੋਨ ਆਇਆ ਵੀ ਲੋਕਲ ਪਿੰਡ ਦੇ ਵਿੱਚ ਇੱਕ ਹੀ ਟੀਚਰ ਹੈ ਇੱਕ ਸਕੂਲ ਦੇ ਵਿੱਚ ਅਤੇ ਜਿਹੜੇ ਸਕੂਲ ਦੇ ਵਿੱਚ ਇੱਕ ਹੀ ਟੀਚਰ ਆ ਅਤੇ ਇੱਕ ਮਹੀਨਾ ਹੋ ਗਿਆ ਪੜ੍ਹਾਈ ਸ਼ੁਰੂ 1 ਅਪ੍ਰੈਲ ਤੋਂ ਜਿਹੜਾ ਸੈਸ਼ਨ ਸ਼ੁਰੂ ਹੋਇਆ ਪੜ੍ਹਾਈ ਦਾ ਬੱਚਿਆਂ ਦੀ ਦਾ ਲਾ ਲਓ 8ਵੀਂ ਤੱਕ ਕਿਤਾਬਾਂ ਜਿਹੜੀਆਂ ਇਹਨਾਂ ਨੇ ਗੌਰਮੈਂਟ ਨੇ ਫ੍ਰੀ ਦੇਣੀਆਂ ਹੁੰਦੀਆਂ ਪੰਜਾਬ ਗੌਰਮੈਂਟ ਨੇ ਅੱਜ ਤੱਕ ਕਿਸੇ ਬੱਚੇ ਨੂੰ ਕਿਤਾਬਾਂ ਪੂਰੀਆਂ ਨਹੀਂ ਮਿਲੀਆਂ 5ਵੀਂ ਦੇ ਵਿੱਚ 2 ਕਿਤਾਬਾਂ ਆਈਆਂ ਨੇ 3ਜੀ ਕਿਤਾਬ ਕਲਾਸ ਦੀ ਕਿਤਾਬ ਹੀ ਨਹੀਂ ਆਈ ਕੋਈ ਦੇਖੋ ਜਿਹੜੀ ਸਰਕਾਰ ਹਾਲ ਤੱਕ ਬੱਚਿਆਂ ਨੂੰ ਪੜ੍ਹਾਈ ਦੇ ਲਈ ਕਿਤਾਬਾਂ ਹੀ ਨਹੀਂ ਦੇ ਸਕੀ ਉਹ ਦੇਸ਼ ਜਾਂ ਉਹ ਸੂਬਾ ਕਿੱਧਰ ਨੂੰ ਜਾਊਗਾ ਜਿੱਥੇ ਸਾਡੀਆਂ ਇੱਥੇ ਪੜ੍ਹਾਈ ਦੇ ਤੌਰ 'ਤੇ ਅਸੀਂ ਕਿਤਾਬਾਂ ਨਹੀਂ ਮੁਹੱਈਆ ਕਰਵਾ ਸਕਦੇ ਗੱਲਾਂ ਮਨਪ੍ਰੀਤ ਬਾਦਲ ਆ ਇੱਥੋਂ ਦੇ ਜਿਹੜੇ ਫਾਈਨੈਂਸ ਮਿਨਿਸਟਰ ਨੇਗੇ ਉਹਨਾਂ ਨੇ ਬਠਿੰਡੇ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਦੇਖੋ ਪ੍ਰਾਈਵੇਟ ਸਕੂਲਾਂ ਨੂੰ ਗ੍ਰਾਂਟਾਂ ਦੇ ਰਹੇ ਨੇ ਆਪਦੇ ਚਹੇਤਿਆਂ ਨੂੰ ਅਤੇ ਸਰਕਾਰੀ ਸਕੂਲ ਦੇ ਵਿੱਚ ਜਿਹੜੇ ਆਮ ਘਰਾਂ ਦੇ ਕਿਰਤੀ ਲੋਕਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਬੱਚੇ ਪੜ੍ਹਦੇ ਨੇ ਅਤੇ ਉਹਨਾਂ ਲਈ ਇਹਨਾਂ ਕੋਲ ਦੇਣ ਨੂੰ ਕਿਤਾਬਾਂ ਨਹੀਂ ਹੈਗੀਆਂ ਅਤੇ ਕਿਵੇਂ ਉਹ ਸਕੂਲ ਸਰਕਾਰੀ ਚੱਲਣਗੇ ਆਉਂਦੇ ਸਾਲਾਂ ਦੇ ਵਿੱਚ ਮੈਨੂੰ ਤਾਂ ਲੱਗਦਾ ਸਰਕਾਰੀ ਸਕੂਲ ਜਿਹੜੇ ਬੰਦ ਹੋ ਕੇ ਰਹਿ ਜਾਣਗੇ ਜਿਹੜੀ ਅੱਜ ਸਰਕਾਰ ਦੀ ਜਿਹੜੀ ਨੀਤੀ ਆ ਉਹਦੇ 'ਤੇ ਜਿਵੇਂ ਇਹ ਚੱਲ
ਇਹਨਾਂ ਦਿਨਾਂ ਦੇ ਵਿੱਚ ਕੁਲਵੰਤ ਸਿੰਘ ਆਪਣੇ ਹਲਕੇ ਦੇ ਲੋਕਾਂ ਲਈ ਕਿਹੜੇ ਕਿਹੜੇ ਕੰਮ ਕਰ? ਹਲਕੇ ਦੇ ਲੋਕਾਂ ਦੇ ਆਹੀ ਜੀ ਨਿੱਤ ਦੀਆਂ ਜਿਹੜੇ ਕਿ ਜਿਹੜੇ ਕੰਮ ਨੇ, ਬਹੁਤ ਜ਼ਿਆਦਾ ਲੋਕ ਹਰ ਪਾਸਿਓਂ ਵਰਗ ਤੰਗ ਆ ਸਾਡੇ ਲੜਕ ਸਿਹਤ ਸੇਵਾਵਾਂ ਦੇ ਵੀ ਇਦੋਂ ਮੰਦਾ ਹਾਲ ਆ ਸਾਡੇ ਇਕੱਲੇ ਬਰਨਾਲੇ ਡਿਸਟ੍ਰਿਕਟ ਦੇ ਵਿੱਚ, ਬਰਨਾਲੇ ਜ਼ਿਲ੍ਹੇ ਦੇ ਵਿੱਚ ਕਿਸੇ ਨੂੰ ਅੱਜ ਜਿਹੜੀ ਅਟੈਕ ਦੀ ਬਿਮਾਰੀ ਹੈ ਬਹੁਤ ਜ਼ਿਆਦਾ ਵੱਧ ਰਹੀ ਹੈ। ਜੇ ਅਟੈਕ ਵਰਗੀ ਬਿਮਾਰੀ ਕਿਸੇ ਨੂੰ ਆ ਜਾਂਦੀ ਹੈ ਤਾਂ ਇਕੱਲੇ ਇੱਕ ਵੈਂਟੀਲੇਟਰ ਜਿਹੜੀ ਮਸ਼ੀਨ ਹੁੰਦੀ ਹੈ ਜਿਹਦੇ ਕਾਰਨ ਬੰਦੇ ਨੂੰ ਜਾਣੀ ਕਿ ਕੋਈ ਅਟੈਕ ਆ ਜਾਂਦਾ ਤਾਂ ਉਹ ਮਸ਼ੀਨ 'ਤੇ ਪਾਉਣਾ ਹੁੰਦਾ, ਉਹ ਪੂਰੇ ਜ਼ਿਲ੍ਹੇ ਦੇ ਵਿੱਚ ਸਾਡੇ ਮਸ਼ੀਨ ਹੈ ਨਹੀਂ ਜੀ। ਸਰਕਾਰੀ ਹੋਸਪਿਟਲ ਦੇ ਵਿੱਚ 2 ਮੌਤਾਂ ਉਹ ਮਸ਼ੀਨ ਦੇ ਕਾਰਨ ਹੋ ਜਾਂਦੀਆਂ ਨੇ। ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਸਾਡੇ ਬਲਾਕ ਦੇ ਵਿੱਚ ਮੈਂ ਕਰਨਾ ਚਾਹੁੰਦਾ ਅਸੀਂ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਮੈਂ ਇੱਕ ਸਾਡਾ ਜਿਹੜਾ ਹਲਕੇ ਪੱਧਰ ਦਾ ਚੋਣ ਮੈਨੀਫੈਸਟੋ ਬਣਿਆ ਸੀ, ਅਸੀਂ ਲੋਕਾਂ ਨੂੰ ਦੱਸਿਆ ਸੀ ਵੀ ਅਸੀਂ ਹਰੇਕ ਬਲਾਕ ਦੇ ਵਿੱਚ ਉਹ ਜਿਹੜੀ ਵੈਂਟੀਲੇਟਰ ਮਸ਼ੀਨ ਆ ਉਹ ਮੁਹੱਈਆ ਕਰਵਾਵਾਂਗੇ, ਉਹ ਹੋਣੀ ਜ਼ਰੂਰੀ ਆ ਕਿਉਂਕਿ ਜਿਹੜਾ ਜ਼ਿਆਦਾਤਰ ਜਿਹੜਾ ਇਹ ਆਪਣਾ ਦਿਲ ਦੇ ਰੋਗ ਨੇ ਬਹੁਤ ਜ਼ਿਆਦਾ ਵੱਧ ਰਹੇ ਨੇ, ਅਟੈਕ ਵਗੈਰਾ ਬਹੁਤ ਜ਼ਿਆਦਾ ਹੋ ਰਹੇ ਨੇ, ਇਹ ਤਾਂ ਹੀ ਰੁਕ ਸਕਦੇ ਆ ਜੇ ਤਾਂ ਸਿਹਤ ਸੇਵਾਵਾਂ ਵਧੀਆ ਹੋ ਸਕਦੀਆਂ ਨੇ, ਨਹੀਂ ਤਾਂ ਬਹੁਤ ਜ਼ਿਆਦਾ ਅੱਜ ਪਿੰਡਾਂ ਦੇ ਵਿੱਚ ਹਰ ਰੋਜ਼ ਹੀ ਸਿਨੇਹਾ ਆ ਜਾਂਦਾ ਜੀ ਕਿਉਂਕਿ ਡਾਕਟਰਾਂ ਕੋਲ ਇੱਥੇ ਜਾ ਕੇ ਮੈਂ ਮਹਿਲ ਕਲਾਂ ਹੋਸਪਿਟਲ ਦੇ ਵਿੱਚ ਜਾ ਕੇ ਦੇਖਿਆ ਬਾਹਰੋਂ ਦਵਾਈਆਂ ਲਿਖੀ ਜਾਂਦੇ ਨੇ ਜਾਂ ਲਾ ਲਓ ਵੀ ਇਹਨਾਂ ਕੋਲ ਦਵਾਈਆਂ ਦੇਣ ਨੂੰ ਹੈ ਨਹੀਂ ਗੀਆਂ ਅਤੇ ਗਰੀਬ ਲੋਕ ਜਾਂਦੇ ਨੇ ਵਿਚਾਰੇ ਉਵੇਂ ਘੁੰਮ ਘੁੰਮਾ ਕੇ ਮੁੜੇ ਆਉਂਦੇ ਨੇ, ਕਾਫੀ ਹੱਦ ਤੱਕ ਜਿਹੜੀਆਂ ਇੱਥੇ ਮਸ਼ੀਨਾਂ ਤੱਕ ਐਕਸਰੇ ਮਸ਼ੀਨ ਨਹੀਂ ਹੈਗੀ ਕਿ ਐਡਾ ਵੱਡਾ ਹੋਸਪਿਟਲ ਖੁੱਲ੍ਹ ਗਿਆ ਇੱਕ ਬਲਾਕ ਪੱਧਰ 'ਤੇ, ਇਹ ਜਾਣੀ ਕਿ ਪਹਿਲੀਆਂ ਮੁੱਢਲੀਆਂ ਜਿਹੜੀਆਂ ਸਹੂਲਤਾਂ ਉਹ ਤੋਂ ਵੀ ਜਾਣੀ ਕਿ ਪੰਜਾਬ ਅੱਜ ਤੱਕ 50 ਸਾਲ ਹੋ ਗਏ ਸਾਡੇ ਪੰਜਾਬੀ ਸੂਬਾ ਬਣੇ ਨੂੰ, ਸਾਡਾ ਅੱਜ ਵੀ ਜਾਣੀ ਕਿ ਪੰਜਾਬ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ। ਅੱਛਾ ਕੁਲਵੰਤ ਸਿੰਘ ਪੰਡੋਰੀ ਜੀ, ਜੇ ਗੱਲ ਕਰੀਏ ਆਪਾਂ ਤੁਹਾਡੇ ਹਲਕੇ ਦੇ ਵਿੱਚ ਜੇ ਝਾਤ ਮਾਰੀਏ, ਆਮ ਆਪਾਂ ਦੇਖਦੇ ਹਾਂ ਪੇਂਡੂ ਵਰਗ ਆ ਜਿਹੜਾ ਕਿਸਾਨ ਵਰਗ ਆ ਮਜ਼ਦੂਰ ਵਰਗ ਆ ਉਹਨਾਂ ਦੀ ਥਾਣਿਆਂ ਦੇ ਵਿੱਚ ਜਾਂ ਉਹ ਆਪਣੇ ਤਹਿਸੀਲ ਪੱਧਰ 'ਤੇ ਪਟਵਾਰੀਆਂ ਦੇ ਕੋਲ ਇਹ ਛੋਟੇ ਛੋਟੇ ਦਫ਼ਤਰਾਂ ਦੇ ਵਿੱਚ ਜਿਹੜੀ ਅਣਭੋਲ ਲੋਕਾਂ ਦੀ ਲੁੱਟ ਖਸੁੱਟ ਹੁੰਦੀ ਹੈ ਰਿਸ਼ਵਤ ਦੇ ਤੌਰ 'ਤੇ, ਉਹ ਉਸ ਮੁੱਦੇ ਨੂੰ ਤੁਸੀਂ ਸਰਕਾਰ ਤੱਕ ਕਿਵੇਂ ਲੈ ਕੇ ਜਾ ਰਹੇ? ਦੇਖੋ ਜੀ, ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਵੀ ਪਹਿਲਾਂ ਜਿਵੇਂ ਲੋਕਾਂ ਨੇ ਤੁਹਾਨੂੰ ਚੁਣਿਆ ਵੀ ਪਹਿਲਾਂ ਜਿਵੇਂ ਲੋਕਾਂ ਨੇ ਆਖਿਆ ਸੀ ਵੀ ਕੋਈ ਫਰਕ ਪੈ ਜੂਗਾ ਵੀ ਅੱਜ ਤੱਕ ਕੋਈ ਫਰਕ ਨਹੀਂ ਪਿਆ, ਸਾਰੇ ਮਹਿਕਮਿਆਂ ਦੇ ਵਿੱਚ ਜਿਹੜੀ ਲੋਕਾਂ ਦੀ ਲੁੱਟ ਖਸੁੱਟ ਆ ਆਮ ਲੋਕਾਂ ਦੀ ਇਸ ਤਰ੍ਹਾਂ ਹੀ ਜਾ ਰਹੀ ਹੈ ਕਿਉਂਕਿ ਇਹ ਅਫਸਰਸ਼ਾਹੀ ਹੈ ਜਿਹੜੀ ਕਰਪਟ ਅਫਸਰਸ਼ਾਹੀ ਆ। ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹੀ ਆਪ ਜਿਹੜੀ ਫੌਜ ਸੀ ਪਹਿਲਾਂ ਸੁਖਬੀਰ ਬਾਦਲ ਨਾਲ ਲੱਗੇ ਹੋਏ ਸੀ ਜਿਹੜੇ IAS ਅਫਸਰ ਵੱਡੇ, ਉਹੀ ਕੈਪਟਨ ਅਮਰਿੰਦਰ ਸਿੰਘ ਨੇ ਆਪਦੇ ਨਾਲ ਲਾ ਲਏ, ਕੋਈ ਫਰਕ ਨਹੀਂ ਪਿਆ ਹੈਗਾ ਅਤੇ ਦਫ਼ਤਰਾਂ ਦੇ ਵਿੱਚ ਉਹੀ ਪਟਵਾਰੀ ਤੋਂ ਲੈ ਕੇ ਸਾਰੇ ਜਿਹੜੇ ਲੋਕ ਨੇ ਇਹ ਲਾ ਲਓ ਵੀ ਸਭ ਦੀ ਰਿਸ਼ਵਤ ਉਸ ਤਰ੍ਹਾਂ ਹੀ ਹੋ ਰਹੀ ਆ। ਗਰੀਬ ਦਾ ਕੰਮ ਜਿਵੇਂ ਆਮ ਕਿਸਾਨ ਦਾ ਕੰਮ ਅੱਜ ਵੀ ਉਹ ਰੁੜ ਰਿਹਾ ਦਫ਼ਤਰਾਂ ਦੇ ਵਿੱਚ, ਕੋਈ ਤਰਦੀਬਾਰ ਸਮਾਂ ਨਹੀਂ ਵੀ ਇੰਨੇ ਟਾਈਮ 'ਚ ਅਸੀਂ ਕੰਮ ਕਰਕੇ ਦੇਵਾਂਗੇ, ਕੋਈ ਐਂ ਨਹੀਂ ਉਹ ਵਿਚਾਰਾ ਧੱਕੇ ਖਾਈ ਜਾਂਦਾ, ਕਿਸੇ ਦਾ ਵੀ ਕੰਮ ਕੋਈ ਸਮੇਂ ਸਿਰ ਨਹੀਂ ਹੋ ਰਿਹਾ, ਅੱਜ ਵੀ ਸਭ ਪਹਿਲਾਂ ਤਰੀਕੇ ਤਰ੍ਹਾਂ ਚੱਲ ਰਿਹਾ ਕੰਮ ਸੈੱਟ। ਕੁਲਵੰਤ ਸਿੰਘ ਜੀ, ਜੇਕਰ ਆਮ ਆਦਮੀ ਪਾਰਟੀ 'ਤੇ ਨਜ਼ਰ ਮਾਰੀ, ਦਿੱਲੀ ਦੀਆਂ ਨਗਰ ਨਿਗਮ ਚੋਣਾਂ ਦੇ ਵਿੱਚ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦਿੱਲੀ ਦੇ ਵਿੱਚ ਦੇਖੋ ਜੀ, ਲੰਮੇ ਸਮੇਂ ਤੋਂ ਜਿਹੜੀ ਮਿਊਂਸਪਲ ਕਮੇਟੀ ਦੀਆਂ ਚੋਣਾਂ ਸੀਗੀਆਂ ਉੱਥੇ ਭਾਜਪਾ ਲੰਮੇ ਸਮੇਂ ਤੋਂ ਕਾਬਜ਼ਾ ਅਤੇ ਕਾਂਗਰਸ ਅਤੇ ਸਾਡੀ ਆਮ ਆਦਮੀ ਪਾਰਟੀ ਦਾ ਹਲੇ ਤਾਂ ਸ਼ੁਰੂਆਤ ਕੀਤੀ ਆ ਉੱਥੋਂ, ਸਾਨੂੰ ਤਾਂ ਐਵੇਂ ਵੱਡੇ ਚੈਨਲ ਸਾਨੂੰ ਕਹੀ ਜਾਂਦੇ ਵੀ ਆਮ ਆਦਮੀ ਪਾਰਟੀ ਹਰ ਗਈ, ਆਮ ਆਦਮੀ ਪਾਰਟੀ ਨਹੀਂ ਹਰੀ, ਆਮ ਆਦਮੀ ਪਾਰਟੀ ਨੇ ਤਾਂ ਇਲੈਕਸ਼ਨ ਹੀ ਪਹਿਲੇ ਵਾਰੀ ਲੜੀਆਂ ਨੇ, ਪਹਿਲੇ ਵਾਰੀ 48 ਸੀਟਾਂ 50 ਦੇ ਕਰੀਬ ਅਸੀਂ ਲਾਈਆਂ ਸੀ ਵੀ ਇੰਨੀਆਂ ਸੀਟਾਂ ਲੈ ਜਾਣੀਆਂ, ਬਹੁਤ ਵੱਡੀ ਗੱਲ ਆ। ਅਤੇ ਜਿਹੜੀ ਕਾਂਗਰਸ ਵਰਗੀ ਪਾਰਟੀ 87 ਸੀਟਾਂ ਪਹਿਲਾਂ ਲੈ ਕੇ ਗਈ ਸੀਗੀ ਅਤੇ ਉਹ ਅੱਜ ਆ ਗਈ ਸਰਕਾਰ ਤਾਂ ਤੁਹਾਡੀ ਨਹੀਂ, ਤੀਜੇ ਨੰਬਰ 'ਤੇ ਆ ਗਈ ਨਾ ਕਾਂਗਰਸ, ਉੱਥੇ ਸਾਡੀ ਮਿਊਂਸਪਲ ਕਮੇਟੀ ਦੇ ਵਿੱਚ ਅਸੀਂ ਪੈਰ ਧਰਿਆ, ਪਹਿਲੇ ਵਾਰੀ ਇੰਨੀਆਂ ਸੀਟਾਂ ਲੈ ਕੇ ਜਾਣੀਆਂ, ਬਹੁਤ ਵੱਡੀ ਗੱਲ ਆ ਜੀ ਉੱਥੇ। ਕੁਲਵੰਤ ਸਿੰਘ ਜੀ, ਇੱਕ ਹੋਰ ਜਿਹੜੀ ਉੱਡਦੀ ਉੱਡਦੀ ਗੱਲ ਅੱਜ ਕੱਲ੍ਹ ਮੀਡੀਆ ਦੇ ਵਿੱਚ ਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕੁਝ ਦਿੱਲੀ ਪ੍ਰਤੀ ਬਾਗੀ ਸੌਰ ਉੱਚੇ ਹੋ ਰਹੇ ਨੇ, ਅਤੇ ਉਹ ਦੇਖੋ ਜੀ ਜਿਹੜੇ ਬਾਗੀ ਸੌਰ ਉੱਥੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ, ਸਾਡੇ ਲੀਡਰ ਉਹ ਉੱਥੇ ਦਿੱਲੀ ਤੱਕ ਪਹੁੰਚਾ ਰਹੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਬੁਲਾਈ ਗਈ ਆ, ਉਹਦੇ ਵਿੱਚ ਇਹ ਸਾਰੇ ਜਿਹੜੇ ਮਸਲੇ ਉਹ ਵਿਚਾਰੇ ਜਾਣਗੇ ਵੀ ਉਹਨਾਂ ਦਾ ਜਿਹੜਾ ਹੱਲ ਆ ਉਹ ਸਹੀ 'ਤੇ ਨਿਕਲੇਗਾ, ਐਸੀ ਕੋਈ ਗੱਲ ਨਹੀਂ ਵੀ ਕੋਈ ਪਾਰਟੀ ਦੇ ਵਿੱਚ ਕੋਈ ਫੇਡ ਵਾਲੀ ਕੋਈ ਗੱਲ ਨਹੀਂ ਹੈਗੀ, ਅਤੇ ਉਹ ਕੱਲ੍ਹ ਨੂੰ ਹੀ ਸਾਡੀ ਮੀਟਿੰਗ ਚੰਡੀਗੜ੍ਹ ਵਿੱਚ ਬੁਲਾਈ ਗਈ ਆ, ਉਹ ਸਾਰੇ ਮਸਲਿਆਂ ਦਾ ਲੋਕਾਂ ਨੇ ਜਿਹੜੇ ਵੀ ਪਾਰਟੀ ਦੇ ਵਰਕਰ ਨੇ ਉਹਨਾਂ ਦੇ ਸਾਰਿਆਂ ਦੇ ਵਿਚਾਰ ਸੁਣ ਕੇ ਅੱਗੇ ਜਿਹੜਾ ਮਸਲਾ ਰੱਖਿਆ ਜਾਊਗਾ। ਨਿਊਜ਼ ਨੰਬਰ ਚੈਨਲ ਨੇ ਸਾਡੇ ਚੈਨਲ ਵੱਲੋਂ ਗੁਰਪ੍ਰੀਤ ਘੋਗੀ ਜੀ, ਆਪਣੇ ਕਨਵੀਨਰ ਬੜੈਲ ਸਾਹਿਬ, ਉਹਨਾਂ ਨਾਲ ਗੱਲਬਾਤ ਕੀਤੀ ਗਈ ਸੀ, ਉਹਨਾਂ ਨੇ ਇੱਕ ਗੱਲ ਆਖੀ ਸੀ ਕਿ ਜਿਹੜਾ ਪੰਜਾਬ ਦੇ ਵਿੱਚ ਸਾਡੀ ਪਾਰਟੀ ਹੈ ਆਮ ਆਦਮੀ ਪਾਰਟੀ, ਇਹ ਮਿਲ ਬੈਠ ਕੇ ਅਸੀਂ ਆਪਣਾ ਜੋ ਹਾਰ ਦੇ ਕਾਰਨ ਨੇ ਉਹਨਾਂ ਦਾ ਮੰਥਨ ਕਰਨਾ, ਪਰ ਮੰਥਨ ਕਰਨ ਦਾ ਸਾਡਾ ਪ੍ਰੋਪਰ ਸਾਰਿਆਂ ਦਾ ਮੇਲਜੋਲ ਨਹੀਂ ਹੋ ਸਕਿਆ, ਇਹ ਦੇਰੀ ਹੋਣ ਦਾ ਕਾਰਨ ਕੀ ਹੈ?
ਦੇਰੀ ਹੋਣ ਦਾ ਕਾਰਨ ਜਿਹੜੀ ਆਪਣੇ ਅਰਵਿੰਦ ਕੇਜਰੀਵਾਲ ਜੀ ਆ ਦਿੱਲੀ ਦੇ ਵਿੱਚ ਮਿਊਨਸਪਲ ਕਮੇਟੀ ਦੀਆਂ ਚੋਣਾਂ ਚੱਲਦੀਆਂ ਸੀਗੀਆਂ, ਉਹ ਚੋਣਾਂ ਨੂੰ ਲੈ ਕੇ ਕੁਝ ਦੇਰੀ ਹੋ ਗਈ, ਪਰ ਬਲਕਿ ਉਦੋਂ ਬਾਅਦ ਕਾਫੀ ਮੀਟਿੰਗਾਂ ਹੋ ਗਈਆਂ ਵਰਕਰਾਂ ਦੇ ਵਿਚਾਰ ਪਾਰਟੀ ਦੇ ਸਾਰੇ ਸਾਡੇ ਫੂਲਕਾ ਸਾਹਿਬ ਨੇ, ਗੁਰਪ੍ਰੀਤ ਜੀ ਬੜੈਚ ਨੇ, ਉਹਨਾਂ ਦੇ ਸਾਰੇ ਸੁਣੇ ਨੇ। ਜਲੰਧਰ ਦੇ ਵਿੱਚ ਮੀਟਿੰਗ ਬੁਲਾਈ ਗਈ ਸੀਗੀ, ਹੁਣ ਅਸੀਂ ਫਿਰ ਇਹ ਮੁਹਿੰਮ ਪੂਰੇ ਪੰਜਾਬ ਦੇ ਵਿੱਚ ਆਉਣੇ 30 ਤਰੀਕ ਤੋਂ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਕਰਕੇ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨੇ ਵੀ ਕੀ ਸਮੱਸਿਆਵਾਂ ਨੇ, ਕਿਵੇਂ ਵਿਧਾਨ ਸਭਾ ਦੇ ਵਿੱਚ ਉਹ ਜਾ ਕੇ ਉਠਾਉਣੀਆਂ ਨੇ, ਕੀ ਲੋਕਾਂ ਦੇ ਮਸਲੇ ਨੇ, ਉਹ ਅਸੀਂ ਪੂਰੇ ਪੰਜਾਬ ਦੇ ਵਿੱਚ ਜਾ ਕੇ ਘੁੰਮ ਰਹੇ ਹਾਂ। ਹਲਕਾ ਵਾਈਜ਼ ਅਸੀਂ ਉਹ ਜਾ ਕੇ ਲੋਕਾਂ ਦੇ ਵਿਚਾਰ ਜਾਣ ਰਹੇ ਹਾਂ। ਕੋਈ ਵੀ ਪਾਰਟੀ ਦਾ ਹੋਵੇ, ਸਾਨੂੰ ਇਹ ਵੀ ਨਹੀਂ ਹੈਗਾ ਵੀ ਆਮ ਆਦਮੀ ਪਾਰਟੀ ਦੇ ਸਾਨੂੰ ਆ ਕੇ ਦੱਸੇ ਸਮੱਸਿਆ, ਚਾਹੇ ਭਾਵੇਂ ਕਾਂਗਰਸ ਦੀ, ਚਾਹੇ ਅਕਾਲੀਆਂ ਦੀ ਆ, ਚਾਹੇ ਕੋਈ ਹੋਰ ਕਿਸੇ ਦੀ ਵੀ ਸਮੱਸਿਆ, ਉਹ ਜੇ ਕਿ ਸਾਨੂੰ ਆ ਕੇ ਦੱਸੂਗਾ ਵੀ ਸਾਡੇ ਆਹ ਬੇਰੁਜ਼ਗਾਰ ਨੇ ਆਹ, ਜਾਂ ਕੋਈ ਬੇਰੁਜ਼ਗਾਰ ਲੈਂਡਮੈਨਾਂ ਨਾਲ ਕਾਫੀ ਵੱਡਾ ਧੱਕਾ ਹੋਇਆ ਅਤੇ ਉਹ ਨੇ, ਉਹਨਾਂ ਨੂੰ ਜਾ ਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਰੱਖਾਂਗੇ। ਜਿਵੇਂ ਅੱਜ ਹੀ ਮਸਲਾ ਮੈਂ ਹੁਣੀ ਚੱਲਿਆ ਪਏ ਬਲੂੜ ਦੇ ਵਿੱਚ, ਜਿਹੜੀ ਪਰਲਜ ਕੰਪਨੀ ਆ ਉਹਦੇ ਵੱਲੋਂ ਜਿਹੜੇ ਉਹਦੇ ਨਿਵੇਸ਼ਕ ਸੀ ਉਹਨਾਂ ਦੇ ਵੱਲੋਂ ਉੱਥੇ ਬਹੁਤ ਵੱਡਾ ਜਿਹੜਾ ਕਾਲਜ ਆ ਪਰਲਜ ਦਾ, ਅਤੇ ਉਹ ਖੁੱਲ੍ਹਿਆ ਹੋਇਆ ਸੀਗਾ, ਉਹਨੂੰ ਵੇਚਣ ਜਾ ਰਹੀ ਸੀਗੀ ਸਰਕਾਰ, ਉੱਥੇ ਪਰਲਜ ਦੇ ਨਿਵੇਸ਼ਕਾਂ ਦਾ ਧਰਨਾ ਲਾਇਆ ਹੋਇਆ ਸੀਗਾ। ਕੈਪਟਨ ਅਮਰਿੰਦਰ ਸਿੰਘ ਨੇ, ਮਾਂ ਦੇ ਪੁੱਤ ਨੇ ਆਉਣ ਸਾਰੀ ਇੱਕ ਛੋਟੇ ਛੋਟੇ ਬੱਚੇ ਲਈ ਆਪਣੀਆਂ ਬੀਬੀਆਂ ਬੈਠੀਆਂ ਨੇ ਧਰਨੇ ਦੇ ਉੱਪਰ, ਸਾਤਵੇਂ ਧਰਨਾ ਦੇ ਰਹੀਆਂ ਸੀ, ਉਹਨਾਂ ਦੇ ਉੱਤੇ ਯਾਨੀ ਕਿ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਤਾ। ਉਹਨਾਂ ਦੇ ਅਸੀਂ ਹੱਕ ਦੇ ਲਈ ਅਸੀਂ ਆਵਾਜ਼ ਜਿਹੜੀ ਬੁਲੰਦ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਕਰਾਂਗੇ, ਕਿਉਂਕਿ ਇਹਨਾਂ ਦੇ ਰਾਜ ਦੇ ਵਿੱਚ ਪਿਛਲੇ 10 ਸਾਲ ਦੇ ਵਿੱਚ ਕਰਾਊਨ ਟ੍ਰੇਡਰ ਕੰਪਨੀ ਚੱਲਦੀ ਸੀ, ਪਰਲਜ ਕੰਪਨੀ ਚੱਲਦੀ ਸੀ, ਨੈਸਰ ਗ੍ਰੀਨ ਕੰਪਨੀ ਚੱਲਦੀ ਸੀ, ਕਿਉਂਕਿ ਜਿੰਨਾ ਚਿਰ ਕਿਸੇ ਸਰਕਾਰ ਦਾ ਉਹਦੇ ਉੱਪਰ ਹੱਥ ਨਾ ਹੋਵੇ ਉਹ ਕੰਪਨੀ ਚੱਲ ਨਹੀਂ ਸਕਦੀ। 10 ਸਾਲ ਕੰਪਨੀਆਂ ਇਹ ਪੂਰੀ, ਇਹ ਮੇਰੇ ਹਿਸਾਬ ਨਾਲ ਮੈਂ ਚਾਹੁੰਦਾ ਵੀ ਇਹ ਕੈਪਟਨ ਅਮਰਿੰਦਰ ਸਿੰਘ ਨੂੰ, ਸੁਖਬੀਰ ਬਾਦਲ ਦੀ ਸਰਕਾਰ ਦੇ ਜਿੰਨੇ ਵੀ ਮੰਤਰੀ ਆ, ਤਾਂ ਇਹਨਾਂ ਦੇ ਸਾਰਿਆਂ 'ਤੇ ਪਰਚੇ ਦਰਜ ਕਰਨੇ ਚਾਹੀਦੇ ਸੀਗੇ, ਕਿਉਂਕਿ ਪਰਲਜ ਕੰਪਨੀ ਦੀ ਸਾਰੀ ਐਡ ਸੁਖਬੀਰ ਬਾਦਲ ਨੇ ਕੀਤੀ ਆ। ਕਬੱਡੀ ਦੇ ਵਰਲਡ ਕੱਪ ਸੁਖਬੀਰ ਬਾਦਲ ਇਹ ਤੋਂ ਕੰਪਨੀ ਤੋਂ ਕਰਵਾਉਂਦਾ ਰਿਹਾ, ਕਰੋੜਾਂ ਰੁਪਈਆ ਚਲਾਇਆ, ਇਹਨਾਂ ਦੇ ਕਿੰਨੇ ਚੈਨਲ ਚੱਲਦੇ ਸੀਗੇ, ਅਤੇ ਸਾਰੇ ਇਹ ਸਾਰੇ ਸਰਕਾਰ ਜ਼ਿੰਮੇਵਾਰ ਆ, ਇੱਥੇ ਅਕਾਲੀ ਭਾਜਪਾ ਸਰਕਾਰ ਇਹਦੀ ਮੁੱਖ ਦੋਸ਼ੀ ਆ, ਕਿਉਂਕਿ ਹੁਣ ਕਰੋੜਾਂ ਰੁਪਈਆ ਜਿਹੜਾ ਲੈ ਕੇ ਉਹ ਕੰਪਨੀ ਭੱਜੀ ਆ, ਤਾਂ ਇਹ ਸਰਕਾਰ ਦੇ ਇਹ ਦੋਸ਼ੀ ਨੇ, ਬੰਦੇ ਇਹਦੇ ਪਰਚੇ ਦਰਜ ਹੋਣੇ ਚਾਹੀਦੇ ਨੇ, FIR ਇਹਨਾਂ 'ਤੇ ਹੋਣੀਆਂ ਚਾਹੀਦੇ ਨੇ, ਕਿਉਂਕਿ ਇਹਨਾਂ ਲੋਕਾਂ ਨੇ ਐਡ ਕੀਤੀ ਹੈ ਨਾ, ਤਾਂ ਹੀ ਉਹ ਸਾਡੇ ਜਿਹੜੇ ਪਿੰਡਾਂ ਦੇ ਲੋਕ ਸੀ, ਗਰੀਬ ਲੋਕ ਸੀ ਜਾਂ ਕਿਸਾਨ ਸੀ, ਉਹਨਾਂ ਦੇ 'ਚ ਕਰੋੜਾਂ ਰੁਪਈਆ ਸਾਡੇ ਬਰਨਾਲੇ ਜ਼ਿਲ੍ਹੇ ਦਾ ਕਰੋੜਾਂ ਅਰਬਾਂ ਰੁਪਈਆ ਜਿਹੜਾ ਉਹ ਦੋਨੇ ਕੰਪਨੀਆਂ ਲੈ ਕੇ ਭੱਜ ਗਈਆਂ। ਇਕੱਲੇ ਸਾਡੇ ਇੱਕ ਇੱਕ ਪਿੰਡ ਦਾ ਲਾ ਲਓ 20-20 ਕਰੋੜ ਰੁਪਈਆ, ਦੱਸ ਨਹੀਂ ਸਕਦੇ ਕਈਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ। ਮੈਨੂੰ ਲੱਗਦਾ ਜੇ ਇਹ ਕੰਪਨੀਆਂ ਦਾ ਪੈਸਾ ਨਾ ਮੁੜਿਆ ਤਾਂ ਕਈਆਂ ਨੂੰ ਤਾਂ ਨਾ ਜੀ ਫਾਹੇ ਲੈਣੇ ਪੈਣਗੇ। ਇਹ ਹਾਲਾਤ ਬਣੇ ਹੋਏ ਨੇ, ਪਰ ਸਰਕਾਰਾਂ ਇਹਨਾਂ ਨੂੰ ਯਾਨੀ ਕਿ ਹੱਲ ਕਰਨ ਦੀ ਬਜਾਏ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਤੁੰਨਿਆ ਜਾ ਰਿਹਾ। ਇਹ ਪਤਾ ਨਹੀਂ ਕਿਹੜੀ ਨੀਤੀ ਤਹਿਤ ਆ, ਯਾਨੀ ਕਿ ਪਹਿਲਾਂ ਜਿਵੇਂ ਧਨਾੜ ਲੋਕਾਂ ਦਾ ਵੱਡੀਆਂ ਕੰਪਨੀਆਂ ਦਾ ਪੱਖ ਪੂਰਿਆ ਜਾ ਰਿਹਾ ਕਾਂਗਰਸ ਸਰਕਾਰ ਵੱਲੋਂ। ਕੁਲਵੰਤ ਸਿੰਘ ਜੀ, ਇੱਕ ਗੱਲ ਹੋਰ, ਜੇ ਆਪਾਂ ਆਮ ਲੋਕਾਂ ਦੇ ਵਿੱਚ ਵਿਚਰ ਕੇ ਦੇਖੀਏ ਤਾਂ ਲੋਕਾਂ ਦਾ, ਬਹੁਤੇ ਲੋਕਾਂ ਦਾ ਇਹ ਕਹਿਣਾ ਕਿ ਭਗਵੰਤ ਮਾਨ ਜੀ ਨੇ ਨਾ ਆਪਣੇ ਹਲਕੇ ਤੱਕ ਨਾ ਉਹਨਾਂ ਦੇ ਚੋਣ ਵਾਲਿਆਂ ਤੱਕ ਵੋਟਾਂ ਤੋਂ ਬਾਅਦ ਸੰਪਰਕ ਨਹੀਂ ਸਾਧਿਆ, ਇਹਦੇ ਵਿੱਚ ਤੁਸੀਂ ਕੀ ਕਾਰਨ ਮੰਨ ਸਕਦੇ? ਨਹੀਂ, ਐਸੀ ਕੋਈ ਗੱਲ ਨਹੀਂ ਭਗਵੰਤ ਮਾਨ ਜੀ, ਮੈਂ ਧੰਨਵਾਦ ਦੀ ਦੌਰਾ ਸਾਰੇ ਪਿੰਡਾਂ ਦਾ ਕਰ ਚੁੱਕਿਆ, 74 ਪਿੰਡ ਮੇਰੇ ਹਲਕੇ ਦੇ ਵਿੱਚ ਪੈਂਦੇ ਨੇ, ਅਤੇ ਮੇਰੇ ਨਾਲ ਉਹ ਇੱਕ ਦਿਨ ਮੇਰੇ ਨਾਲ ਲਗਵਾ ਕੇ ਗਏ ਨੇ ਧੰਨਵਾਦ ਦੀ ਦੌਰੇ ਦੇ ਨਾਲ, ਅਤੇ ਇੱਕ ਦਿਨ ਪਰਮਲ ਜੀ ਖਾਲਸਾ ਭਦੌੜ ਤੋਂ ਜਿੱਤੇ ਹੋਏ ਨੇ, ਮੀਤ ਜੀ ਨਾਲ ਵੀ ਲਗਵਾ ਕੇ ਨੇ, ਸਾਰੇ ਹਲਕਿਆਂ ਦੇ ਵਿੱਚ ਉਹਨਾਂ ਨੇ ਧੰਨਵਾਦ ਦੌਰਾ ਸਾਡੇ ਨਾਲ ਕਰਵਾਇਆ, ਐਸੀ ਤਾਂ ਕੋਈ ਗੱਲ ਨਹੀਂ ਹੈਗੀ। ਆਉਣ ਵਾਲੇ ਸਮੇਂ ਦੇ ਵਿੱਚ ਕੁਲਵੰਤ ਸਿੰਘ ਜੀ, ਤੁਸੀਂ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਕੀ ਭਵਿੱਖ ਵੇਖਦੇ ਹੋ? ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਨੇ ਉਹ ਦੇਖੋ ਜੀ, ਤੀਜੀ ਧਿਰ ਵਜੋਂ ਆਮ ਆਦਮੀ ਪਾਰਟੀ ਨੂੰ ਪਹਿਲੇ ਵਾਰੀ ਕਾਮਯਾਬ ਹੋਈ ਹੈ ਤੀਜੀ ਧਿਰ, ਨਹੀਂ ਅੱਜ ਤੱਕ 50 ਸਾਲ ਹੋ ਗਏ ਪੰਜਾਬੀ ਸੂਬਾ ਬਣੇ ਨੂੰ, ਅੱਜ ਤੱਕ ਕੋਈ ਇਹਨਾਂ ਪਾਰਟੀਆਂ ਨੇ ਤੀਜੀ ਧਿਰ ਕਾਮਯਾਬ ਨਹੀਂ ਹੋਣ ਦਿੱਤੀ, ਕਿਉਂਕਿ ਜਦੋਂ ਇਹਨਾਂ ਧਨਾੜ ਲੋਕਾਂ ਨੂੰ, ਇਹਨਾਂ ਰਵਾਇਤੀ ਪਾਰਟੀਆਂ ਦੇ ਵੱਡੇ ਲੀਡਰਾਂ ਨੂੰ ਖਤਰਾ ਹੋਵੇ ਨਾ ਕਿਸੇ ਆਮ ਲੋਕਾਂ ਤੋਂ, ਉਦੋਂ ਇਹ ਇਕੱਠੇ ਹੋ ਜਾਂਦੇ ਨੇ। ਐਤਕੀ ਵੀ ਦਿੱਲੀ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ, ਇੱਥੇ ਵੀ ਪੰਜਾਬ ਦੇ ਵਿੱਚ ਵੀ ਅਕਾਲੀ ਅਤੇ ਕਾਂਗਰਸ ਇਕੱਠੇ ਹੋਏ ਨੇ, ਇਕੱਠੇ ਹੋ ਕੇ ਇਹਨਾਂ ਨੇ ਇਲੈਕਸ਼ਨ ਲੜੀਆਂ ਨੇ, ਇਕੱਠੇ ਹੋ ਕੇ ਇਹ ਤੀਜੀ ਧਿਰ ਨੂੰ, ਪਹਿਲਾਂ ਕਿੰਨੀਆਂ ਧਿਰਾਂ ਬਣੀਆਂ ਇੱਥੇ, ਮਨਪ੍ਰੀਤ ਖਾ ਬਾਦਲ ਜੀ ਨੇ ਵੀ ਆਪਦੀ ਪਾਰਟੀ ਬਣਾਈ ਸੀ, ਪੀਪੀ ਪਾਰਟੀ ਬਣਾਈ ਸੀ, ਮਾਨ ਹੁਣੀ ਵੀ ਇੱਥੋਂ ਲੜੇ ਕਿ ਤੀਜੀ ਧਿਰ ਬਣਾਉਂਦੇ ਰਹੇ, ਰਾਮੂਵਾਲੀ ਨੇ ਵੀ ਇੱਥੇ ਤੀਜੀ ਧਿਰ ਬਣਾਈ, ਗੁਰਚਰਨ ਸਿੰਘ ਟੌੜੇ ਨੇ ਵੀ ਇੱਥੇ ਤੀਜੀ ਧਿਰ ਬਣਾਉਣ ਦੀ ਸਰਬਹਿੰਦ ਅਕਾਲੀ ਦਲ ਬਣਾ ਕੇ ਕੋਸ਼ਿਸ਼ ਕੀਤੀ, ਯਾਨੀ ਕਿ ਕੋਈ ਵੀ ਧਿਰ ਇਹਨਾਂ ਨੇ ਤੀਜੀ ਧਿਰ ਪੈਰਲ ਦੇ ਵਿੱਚ ਖੜੀ ਨਹੀਂ ਹੋਣ ਦਿੱਤੀ, ਭਾਵੇਂ ਇਹਨਾਂ ਨੂੰ ਇਕਜੁੱਟਤਾ ਦਾ ਪ੍ਰਗਟਾਵਾ ਕਰਨਾ ਪਵੇ, ਇਹ ਉਸ ਤਰ੍ਹਾਂ ਹੀ ਹੋਇਆ। ਐਤਕੀ ਵੀ ਇਹਨਾਂ ਨੇ ਅਕਾਲੀ ਅਤੇ ਅਕਾਲੀ ਭਾਜਪਾ ਸਰਕਾਰ ਅਤੇ ਕਾਂਗਰਸ ਨੇ ਤੀਜੀ ਧਿਰ ਨੂੰ ਖਤਮ ਕਰਨ ਦੇ ਲਈ ਯਾਨੀ ਕਿ ਐਤਕੀ ਪੂਰਾ ਤਾਲਮੇਲ ਨਾਲ ਇਲੈਕਸ਼ਨਾਂ ਲੜੀਆਂ ਨੇ, ਅਤੇ ਇਹਨਾਂ ਨੇ ਇੱਕ ਦੂਜੇ ਨੂੰ ਵੋਟਾਂ ਪਵਾਈਆਂ ਨੇਗੀਆਂ ਵੀ ਤੀਜੀ ਧਿਰ ਕਾਮਯਾਬ ਨਾ ਹੋ ਸਕੇ, ਪਰ ਫਿਰ ਵੀ ਅਸੀਂ ਬਹੁਤ ਵੱਡਾ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਤੀਜੀ ਧਿਰ ਨੂੰ ਵੱਡੀ ਬਹੁਮਤ ਦੇ ਨਾਲ ਵੀ ਯਾਨੀ ਕਿ ਪਹਿਲੇ ਵਾਰੀ ਜਿਹੜੀਆਂ 18-20 ਸੀਟਾਂ ਲੈ ਕੇ ਜਾਣੀਆਂ, ਇਹ ਬਹੁਤ ਵੱਡੀ ਲੋਕਾਂ ਦੀ ਜਿੱਤ ਆ, ਕਿਉਂਕਿ ਪਹਿਲੇ ਇਹ ਵੀ ਗੱਲ ਆ ਨਾ,
ਅਤੇ ਕਿਸੇ ਨੂੰ ਚਮਚਾ ਡੋਡਿਆਂ ਦੀ ਲੈਣੀ ਦਿੱਤਾ ਹੈਗਾ ਅਤੇ ਇਹਨਾਂ ਲੋਕਾਂ ਨੇ ਹਰ ਤਰ੍ਹਾਂ ਦੇ ਹੱਥ ਕੰਡੇ ਪੜਾਏ, ਦਾਰੂਆਂ ਦੇ ਦਰਿਆ ਚਲਾਏ ਅਤੇ ਜਿਹੜੇ ਮੇਰੇ ਵਰਗਾ ਜਿੱਤਣਾ ਇੱਥੇ ਲੋਕਾਂ ਦੀ ਜਿੱਤ ਹੋਈ ਹੈ, ਕੁਲਵੰਤ ਪੰਡੋਰੀ ਨੇ ਜਿੱਤਿਆ, ਇੱਥੋਂ ਦੇ ਲੋਕ ਜਿੱਤੇ ਨੇ। ਪੰਜਾਬ ਦੇ ਵਿੱਚੋਂ ਸਭ ਤੋਂ ਵੱਡੀ ਲੀਡਰ, ਉਹਨਾਂ ਨੇ ਮੈਨੂੰ 28,000 ਦੇ ਕਰੀਬ ਵੋਟਾਂ ਪਾ ਕੇ ਮੈਨੂੰ ਜਿਤਾਇਆ। ਮੈਂ ਲੋਕਾਂ ਦਾ ਹਮੇਸ਼ਾ ਰਿਣੀ ਰਹੂੰਗਾ, 5 ਸਾਲ ਲੋਕਾਂ ਦਾ ਚੌਂਕੀਦਾਰ ਬਣ ਕੇ ਵਿਚਰੂੰਗਾ, ਕਦੇ ਵੀ ਲੋਕਾਂ ਦੇ ਵਿੱਚ ਲੀਡਰ ਬਣ ਕੇ ਨਹੀਂ ਜਾਂਦਾ, ਉਹਨਾਂ ਦਾ ਭਰਾ ਬਣ ਕੇ, ਉਹਨਾਂ ਦਾ ਬੱਚਾ ਬਣ ਕੇ ਵਿਚਰਿਆ ਕਰੂੰ। ਇਹ ਗੱਲ ਦਾ ਮੈਂ ਤੁਹਾਡੇ ਚੈਨਲ ਦੇ ਰਾਹੀਂ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ। ਸੋ ਕੁਲਵੰਤ ਸਿੰਘ ਜੀ, ਤੁਸੀਂ ਸਾਨੂੰ ਆਪਣੇ ਕੀਮਤੀ ਤੇ ਰੁਝੇਵਿਆਂ ਭਰੇ ਸਮੇਂ 'ਚੋਂ ਸਮਾਂ ਦਿੱਤਾ, ਨਿਊਜ਼ ਨੰਬਰ ਚੈਨਲ 'ਤੇ ਨਾਲ ਗੱਲਬਾਤ ਕੀਤੀ, ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਦੋਸਤੋ, ਇਹ ਸਨ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਕੁਲਵੰਤ ਸਿੰਘ ਪੰਡੋਰੀ, ਜਿਨ੍ਹਾਂ ਨੇ ਆਪਣੇ ਵਿਵਾਕ ਸ਼ਬਦਾਂ ਦੇ ਰਾਹੀਂ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਅਤੇ ਆਮ ਆਦਮੀ ਪਾਰਟੀ ਦੇ ਹਾਲਾਤਾਂ 'ਤੇ ਝਾਤ ਪਾਈ। ਅਗਲੀ ਵਾਰੀ ਦੋਸਤੋ ਫਿਰ ਕਿਸੇ ਸਤਿਕਾਰਯੋਗ ਸ਼ਖਸੀਅਤ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ, ਰੱਬ ਰਾਖਾ।